ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਆ ਸੁਮਨ ਪ੍ਰੀਤ ਕੌਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬ ਕਲਚਰ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਕਰਾਂਗੇ ਕਿ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਪੰਜਾਬ ਕਲਚਰ ਦੇ ਨਾਲ ਰਿਲੇਟਡ ਵੀਡੀਓ ਪਹਿਲਾਂ ਅਸੀਂ ਕਰ ਚੁੱਕੇ ਹਾਂ ਜਿਸ ਦੇ ਵਿੱਚ ਅਸੀਂ ਪੰਜਾਬ ਦੇ ਸੱਭਿਆਚਾਰ ਬਾਰੇ ਗੱਲ ਕੀਤੀ ਸੀ ਤੇ ਅੱਜ ਅਸੀਂ ਪੰਜਾਬ ਦੇ ਮੇਲੇ ਤਿਹਾਰਾਂ ਆਰਟ ਦੇ ਨਾਲ ਰਿਲੇਟਡ ਗੱਲ ਕਰਾਂਗੇ ਠੀਕ ਹੈ ਆਰਟ ਐਂਡ ਕਲਚਰ ਦੇ ਨਾਲ ਰਿਲੇਟਡ ਗੱਲ ਕਰਾਂਗੇ ਜਿਹੜੇ ਵੀ ਮਤਲਬ ਕਿ ਟੌਪਿਕ ਤੁਹਾਡੇ ਲਈ ਇੰਪੋਰਟੈਂਟ ਆ ਅਸੀਂ ਉਹਦੇ ਨਾਲ ریلیਟਿਡ ਤੁਹਾਡੇ ਲਈ ਇੱਕ ਮੌਕ ਟੈਸਟ ਤਿਆਰ ਕੀਤਾ ਹੈ ਜਿਹੜਾ ਤੁਹਾਡੇ ਲਈ ਕਾਫੀ ਹੀ ਜ਼ਿਆਦਾ ਹੈਲਪਫੁਲ ਹੋਵੇਗਾ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਪੰਜਾਬ ਦੇ ਕਿਹੜੇ ਮੇਲੇ ਵਿੱਚ ਖੋਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਹਾਂਜੀ ਜਰਗ ਦੇ ਮੇਲੇ ਦੇ ਵਿੱਚ ਖੋਤਿਆਂ ਦੀ ਪੂਜਾ ਕੀਤੀ ਜਾਂਦੀ ਆ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਇਸ ਵੀਡੀਓ ਨੂੰ ਐਜ਼ ਅ ਟੈਸਟ ਮੰਨ ਦੇ ਮੰਨ ਕੇ ਚੱਲਦੇ ਹੋਏ ਮੈਂ ਤੁਹਾਨੂੰ ਹਰ ਇੱਕ ਐਮਸੀਕਿਊ ਨੂੰ ਕਰਨ ਦੇ ਲਈ 3 ਸੈਕਿੰਡ ਦਵਾਂਗੀ 3 ਸੈਕਿੰਡ ਦੇ ਵਿੱਚ ਤੁਸੀਂ ਆਪਣਾ ਆਨਸਰ ਸੋਚ ਕੇ ਮੇਰੇ ਨਾਲ ਮੈਚ ਕਰਦੇ ਜਾਣਾ ਤੇ ਲਾਸਟ ਤੇ ਜ਼ਰੂਰ ਦੱਸਣਾ ਤੁਹਾਡੇ ਕਿੰਨੇ ਐਮਸੀਕਿਊ ਸਹੀ ਗਏ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਧਮਾਲ ਕਿਹੜੇ ਨਾਚ ਦੀ ਤਾਲ ਹੈ ਹਾਂਜੀ ਧਮਾਲ ਕਿਹੜੇ ਨਾਚ ਦੀ ਤਾਲ ਆ ਚੋ ਮਰਦੀ অপশন নাম্বার বি ইজ দা রাইট आंसर अगला प्रश्न ਅਸੀਂ ਕਰਦੇ ਹਾਂ ਜੀសម្ਮੀ ਕਿਹੜੇ ਖੇਤਰ ਦਾ ਨਾਚ ਹੈ ਸਾੰਦਲਬਾਰ ਦਾ অপশন ਨੰਬਰ ਸੀ ਇਜ਼ ਦਾ রাইਟ ਆਨਸਰ अगला प्रश्न अजी ਕੁੜੀਆਂ ਤੀਮੀਆਂ ਦਾ ਸਿੱਧ ਨਾਚ ਕਿਹੜਾ ਹੈ ਹਾਂਜੀ ਕੁੜੀਆਂ ਅਤੇ ਇਸਤਰੀਆਂ ਦਾ ਜਾਂ ਆਪਾਂ ਕਹਿ ਸਕਦੇ ਹਾਂ ਪ੍ਰਸਿੱਧ ਨਾਚ ਕਿਹੜਾ ਹੈ ਤਾਂ ਪ੍ਰਸਿੱਧ ਨਾਚ ਹੈਗਾ ਜੀ ਗਿੱੱਦਾ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ ਪੰਗੜਾ ਨਾਚ ਦਾ ਜਨਮ ਕਿੱਥੇ ਹੋਇਆ ਹਾਂਜੀ ਪੰਗੜਾ ਨਾਚ ਦਾ ਜਨਮ ਕਿੱਥੇ ਹੋਇਆ ਚੰਗ ਦੇ ਵਿੱਚ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ ਵੀਰ ਰਸ 12 ਗਾਉਣ ਸਮੇ ਕਿਹੜੇ ਸਾਜ਼ ਦੀ ਲੋੜ ਹੁੰਦੀ ਆ ਹਾਂਜੀ ਵੀਰ ਰਸ 12 ਜਦੋਂ ਅਸੀਂ ਗਾਉਂਦੇ ਆ ਤਾਂ ਉਸ ਦੇ ਵਿੱਚ ਕਿਹੜੇ ਸਾਜ਼ ਦੀ ਲੋੜ ਪੈਂਦੀ ਆ ਢੱਡ ਦੀ ਪੈਂਦੀ ਆ ਆਪਸ਼ਨ ਨੰਬਰ C ਇਸ ਦਾ ਰਾਈਟ ਆਨਸਰ ਹੈ ਟੱਡ ਅਗਲਾ ਪ੍ਰਸ਼ਨ ਸੀ ਕਰਦੇ ਹਾਂ ਜੀ ਝੂਮਰ ਕਿਸ ਦਾ ਨਾਚ ਹੈ ਹਾਂਜੀ ਝੂਮਰ ਕਿਸ ਦਾ ਨਾਚ ਆ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਏ ਮਰਦਾਂ ਦਾ ਅਗਲਾ ਪ੍ਰਸ਼ਨ ਕਾਟ ਕਾਟੋ ਨਾਮਕ ਸਾਜ਼ ਕਿਹੜੇ ਨਾਚ ਨਾਲ ਸੰਬੰਧ ਰੱਖਦਾ ਹੈ ਪੰਗੜੇ ਨਾਲ অপਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ ਫੁਲਕਾਰੀ ਕਲਾ ਵਿੱਚ ਕਿਹੜਾ ਧਾਗਾ ਵਰਤਿਆ ਜਾਂਦਾ ਹੈ ਹਾਂਜੀ ਫੁਲਕਾਰੀ ਦੇ ਵਿੱਚ ਰੇਸ਼ਮੀ ਧਾਗਾ ਵਰਤਿਆ ਜਾਂਦਾ ਹੈ ਆਪਸ਼ਨ ਨੰਬਰ C ਇਸ ਦਾ ਰਾਈਟ ਆਨਸਰ ਆ ਅਗਲਾ ਪ੍ਰਸ਼ਨ ਅਲਗੋਜਾ ਸਾਜ਼ ਦੀ ਵਰਤੋਂ ਕਿਹੜੇ ਨਾਚ ਲਈ ਕੀਤੀ ਜਾਂਦੀ ਹੈ ਹਾਂਜੀ ਅਲਗੋਜਾ ਸਾਜ਼ ਦੀ ਵਰਤੋਂ ਭੰਗੜੇ ਦੇ ਲਈ ਕੀਤੀ ਜਾਂਦੀ ਆ ਆਪਸ਼ਨ ਨੰਬਰ D ਇਸ ਦਾ ਰਾਈਟ ਆਨਸਰ ਆ ਅਗਲਾ ਪ੍ਰਸ਼ਨ ਆ ਜੀ ਪੀਂਗਾ ਕਿਹੜੇ ਤਿਹਾਰ ਦਾ ਪ੍ਰਤੀਕ ਹਨ ਹਾਂਜੀ ਪੀਂਗਾ ਕਿਹੜੇ ਤਿਹਾਰ ਦਾ ਪ੍ਰਤੀਕ ਆ ਤੀਆਂ ਦਾ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਤਿਆਂ ਦਾ ਤਿਹਾਰ ਕਿਹੜੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਸਾਨੂੰ ਸਭ ਨੂੰ ਹੀ ਪਤਾ ਸੌਣ ਦੇ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਆ ਅਗਲਾ ਪ੍ਰਸ਼ਨ ਜਗਰਾਮਾ ਦੀ ਰੌਸ਼ਨੀ ਨਾਮਕ ਮੇਲੇ ਦਾ ਸਬੰਧ ਕਿਸ ਨਾਲ ਹੈ ਹਾਂਜੀ ਜਗਰਾਮਾ ਦੀ ਰੌਸ਼ਨੀ ਨਾਮਕ ਮੇਲੇ ਦਾ ਸਬੰਧ ਕਿਸ ਦੇ ਨਾਲ ਆ ਸੂਫੀ ਮੱਤ ਦੇ ਨਾਲ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਆ ਅਗਲਾ ਪ੍ਰਸ਼ਨ ਪ੍ਰੋਫੈਸਰ ਮੋਹਨ ਸਿੰਘ ਮੇਲਾ ਕਿੱਥੇ ਲੱਗਦਾ ਹੈ ਹਾਂਜੀ ਪ੍ਰੋਫੈਸਰ ਮੋਹਨ ਸਿੰਘ ਮੇਲਾ ਲੁਧਿਆਣਾ ਦੇ ਵਿੱਚ ਲੱਗਦਾ অপਸ਼ਨ ਨੰਬਰ B ਇਸ ਦਾ ਰਾਈਟ ਆਂਸਰ ਅਗਲਾ ਪ੍ਰਸ਼ਨ ਹੋਲਾ ਮਹੱਲਾ ਦਾ ਤਿਹਾਰ ਕਿਸ ਨੇ ਸ਼ੁਰੂ ਕੀਤਾ ਹਾਂਜੀ ਹੋਲਾ ਮਹੱਲਾ ਦਾ ਤਿਹਾਰ ਸ਼ੁਰੂ ਕੀਤਾ ਸੀਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ অপਸ਼ਨ ਨੰਬਰ B ਇਸ ਦਾ ਰਾਈਟ ਆਂਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਹਰ ਸਾਲ ਲੋਹੜੀ ਦਾ ਤਿਹਾਰ ਕਦੋਂ ਮਨਾਇਆ ਜਾਂਦਾ ਹੈ ਹਾਂਜੀ ਹਰੇਕ ਸਾਲ ਲੋਹੜੀ ਦਾ ਤਿਹਾਰ 13 ਜਨਵਰੀ ਨੂੰ ਮਨਾਇਆ ਜਾਂਦਾ ਹੈ অপশন নাম্বার বি ইজ দা রাইট आंसर। اگلا ප්‍රශ්න ਅਸੀਂ ਕਰਦੇ ਹਾਂ ਜੀ। ਰਖੜੀ ਦਾ ਤਿਹਾੜ ਕਿਹੜੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ? ਹਾਂਜੀ ਰਖੜੀ ਦਾ ਤਿਹਾੜ ਕਿਹੜੇ ਮਹੀਨੇ ਦੇ ਵਿੱਚ ਆਉਂਦਾ? ਸਾਵਣ ਦੇ ਵਿੱਚ। অপশন ਨੰਬਰ ਡੀ ਇਜ਼ ਦਾ রাইਟ ਆਨਸਰ। ਨੈਕਸਟ ਕੁਐਸ਼ਨ ਲੋਹੜੀ ਦਾ ਤਿਹਾੜ ਕਿਹੜੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ? ਹਾਂਜੀ ਲੋਹੜੀ ਦਾ ਤਿਹਾੜ ਹੁਣ ਦੇਸੀ ਮਹੀਨੇ ਅਗੇ ਪਹਿਲਾਂ ਅਸੀਂ ਗੱਲ ਕੀਤੀ ਸੀਗੀ 13 ਜਨਵਰੀ ਨੂੰ ਮਨਾਇਆ ਜਾਂਦਾ। ਤੇ ਲੋਹੜੀ ਦਾ ਤਿਹਾੜ ਮਨਾਇਆ ਕਦੋਂ ਜਾਂਦਾ? ਮਾਘ ਦੇ ਵਿੱਚ। অপশন নাম্বার সি ইজ দা রাইট आंसर। اگلا ප්‍රශ්න ਹੈ ਜੀ سپਾਰ ਦਾ ਮੇਲਾ ਕਿਸ ਦੀ ਸਮਾਧ ਤੇ ਲੱਗਦਾ ਹੈ? ਹਾਂ ਜੀ سپਾਰ ਦਾ ਮੇਲਾ ਕਿਸ ਦੀ ਸਮਾਧ ਤੇ ਲੱਗਦਾ ਹੈ? ਗੁੱਗਾ ਪੀਰ ਦੀ ਸਮਾਧ ਤੇ। অপশন নাম্বার اے ইজ দা রাইট आंसर। ਨੈਕਸਟ ਕੁਐਸ਼ਨ ਪੰਜਾਬ ਵਿੱਚ ਕਿਸਾਨ ਮੇਲਾ ਕਿੱਥੇ ਲੱਗਦਾ ਹੈ? ਹਾਂ ਜੀ ਪੰਜਾਬ ਦੇ ਵਿੱਚ ਕਿਸਾਨ ਮੇਲਾ PAU ਦੇ ਵਿੱਚ ਲੱਗਦਾ ਜਿਹੜੀ ਕਿ ਲੁਧਿਆਣਾ ਦੇ ਵਿੱਚ ਆ। অপশন নাম্বার اے ইজ দা রাইট आंसर। ਅਗਲਾ ਪ੍ਰਸ਼ਨ ਸੀ ਕਰਦੇ ਹਾਂ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸਾਲ ਵਿੱਚ ਕਿਸਾਨ ਮੇਲਾ ਕਿੰਨੇ ਵਾਰ ਲੱਗਦਾ ਹਾਂਜੀ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਕਿ ਪੰਜ ਸਾਲ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਕਿਸਾਨ ਮੇਲਾ ਕਿੰਨੇ ਵਾਰ ਲੱਗਦਾ ਦੋ ਵਾਰ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਕਿਕਲੀ ਦਾ ਨਾਚ ਕਿਹੜਾ ਹੈ ਹਾਂਜੀ ਕਿਕਲੀ ਕਿਸ ਦਾ ਨਾਚ ਹੈ ਕਿਕਲੀ ਕਿਸ ਦਾ ਨਾਚਾ ਕੁੜੀਆਂ ਦਾ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਸਪਾਰ ਦਾ ਮੇਲਾ ਕਿਹੜੇ ਜ਼ਿਲ੍ਹੇ ਵਿੱਚ ਲੱਗਦਾ ਹੈ ਹਾਂਜੀ ਸਪਾਰ ਦਾ ਮੇਲਾ ਕਿਹੜੇ ਜ਼ਿਲ੍ਹੇ ਵਿੱਚ ਲੱਗਦਾ ਹੈ ਲੁਧਿਆਣਾ ਦੇ ਵਿੱਚ ਲੱਗਦਾ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ 40 ਮੁਕਤਿਆਂ ਦੀ ਯਾਦ ਵਿੱਚ ਮੁਕਤਸਰ ਦਾ ਮੇਲਾ ਕਿਹੜੇ ਮਹੀਨੇ ਵਿੱਚ ਲੱਗਦਾ ਹਾਂਜੀ 40 ਮੁਕਤਸਰ ਮੁਕਤਸਰ ਦਾ ਪੁਰਾਣਾ ਨਾਮ ਆ ਖਿਦਰਾਣੇ ਦੀ ਢਾਬ ਤੇ 40 ਮੁਕਤਿਆਂ ਕਰਕੇ ਇਸ ਦਾ ਨਾਮ ਮੁਕਤਸਰ ਪਿਆ ਸੀ ਮੁਕਤਸਰ ਦਾ ਭਾਵ ਆ ਮੁਕਤੀ ਦਾ ਸਥਾਨ ਠੀਕ ਹੈ ਤੇ ਇੱਥੇ ਮੇਲਾ ਕਿਹੜੇ ਮਹੀਨੇ ਦੇ ਵਿੱਚ ਲੱਗਦਾ ਮਾਘ ਦੇ ਮਹੀਨੇ ਦੇ ਵਿੱਚ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਪੰਜਾਬ ਵਿੱਚ ਹੋਲੀ ਦਾ ਤਿਹਾਰ ਕਿੱਥੋਂ ਦਾ ਸਭ ਤੋਂ ਵੱਧ ਪ੍ਰਸਿੱਧ ਮੰਨਿਆ ਜਾਂਦਾ ਹਾਂਜੀ ਪੰਜਾਬ ਦੇ ਵਿੱਚ ਹੋਲੀ ਦਾ ਤਿਹਾਰ ਸਭ ਤੋਂ ਪ੍ਰਸਿੱਧ ਮੰਨਿਆ ਜਾਂਦਾ ਸ੍ਰੀ ਅਨੰਦਪੁਰ ਸਾਹਿਬ ਦਾ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਠੀਕ ਹੈ ਹੋਲੀ ਦੇ ਹੋਲੀ ਤੇ ਹੀ ਹੋਲਾ ਮਹੱਲਾ ਲੱਗਦਾ ਸ੍ਰੀ ਅਨੰਦਪੁਰ ਸਾਹਿਬ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਸਪਾਰ ਦਾ ਮੇਲਾ ਕਿਹੜੇ ਮਹੀਨੇ ਵਿੱਚ ਲੱਗਦਾ ਹਾਂਜੀ ਸਪਾਰ ਦਾ ਮੇਲਾ ਭਾਦੋਂ ਦੇ ਵਿੱਚ ਲੱਗਦਾ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਕਿਹੜੇ ਜ਼ਿਲ੍ਹੇ ਦੇ ਵਿੱਚ ਲੱਗਦਾ ਹਾਂਜੀ ਕਿਹੜੇ ਜ਼ਿਲ੍ਹੇ ਦੇ ਵਿੱਚ ਲੱਗਦਾ ਨੂਹੜਾਣਾ ਦੇ ਵਿੱਚ ਅਗਲਾ ਪ੍ਰਸ਼ਨ ਪੰਜਾਬ ਵਿੱਚ ਵਿਸਾਖੀ ਦਾ ਤਿਹਾਰ ਕਿਹੜੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਹਾਂਜੀ ਪੰਜਾਬ ਵਿੱਚ ਵਿਸਾਖੀ ਦਾ ਜਿਹੜਾ ਤਿਹਾਰ ਆ ਇਹ ਫਸਲ ਦੇ ਪੱਕਣ ਦੀ ਖੁਸ਼ੀ ਦੇ ਵਿੱਚ ਮਨਾਇਆ ਜਾਂਦਾ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਤੇ ਵਿਸਾਖੀ ਦਾ ਤਿਹਾਰ ਮਨਾਇਆ ਕਦੋਂ ਜਾਂਦਾ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਆਪਸ਼ਨ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਹੋਲਾ ਮਹੱਲਾ ਦਾ ਸਭ ਤੋਂ ਮੇਲਾ ਸਭ ਤੋਂ ਪ੍ਰਸਿੱਧ ਕਿੱਥੇ ਦਾ ਹੈ ਹਾਂਜੀ ਹੋਲੇ ਮਹੱਲੇ ਤੇ ਜਿਹੜਾ ਮੇਲਾ ਲੱਗਦਾ ਵਾ ਸਭ ਤੋਂ ਪ੍ਰਸਿੱਧ ਮੇਲਾ ਕਿੱਥੋਂ ਦਾ ਹੈ आनंदपुर साहिब ਦਾ অপਸ਼ਨ ਨੰਬਰ ਏ ਇਜ਼ ザ ਰਾਈਟ ਆਂਸਰ ਨੈਕਸਟ ਕੁਐਸ਼ਨ ਜਰਗਦਾ ਮੇਲਾ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਲੱਗਦਾ ਹੈ ਜਰਗਦਾ ਮੇਲਾ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਲੱਗਦਾ অপਸ਼ਨ ਨੰਬਰ ਏ ਇਜ਼ ザ ਰਾਈਟ ਆਂਸਰ ਨੈਕਸਟ ਕੁਐਸ਼ਨ ਜਗਰਾਮਾ ਦੀ ਰੌਸ਼ਨੀ ਕੀ ਹੈ ਹਾਂਜੀ ਜਗਰਾਮਾ ਦੀ ਰੌਸ਼ਨੀ ਕੀ ਆ ਇੱਕ ਮੇਲਾ ਵਾ ਗੀਤ ਆ ਕਵਿਤਾ ਜਾਂ ਫਿਲਮ ਤਾਂ ਰਾਈਟ ਆਂਸਰ ਹੈ ਜੀ অপਸ਼ਨ ਨੰਬਰ ਏ ਮੇਲਾ ਨੈਕਸਟ ਕੁਐਸ਼ਨ ਬਸੰਤ ਦਾ ਮੇਲਾ ਕਿਹੜੇ ਮਹੀਨੇ ਵਿੱਚ ਲੱਗਦਾ ਹੈ ਬਸੰਤ ਦਾ ਮੇਲਾ ਮਾਰਗ ਦੇ ਮਹੀਨੇ ਦੇ ਵਿੱਚ ਹੀ ਆਉਂਦਾ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਮਾਗੀ ਦਾ ਮੇਲਾ ਕਿੱਥੇ ਲੱਗਦਾ ਹੈ ਹਾਂਜੀ ਮਾਗੀ ਦਾ ਮੇਲਾ ਕਿੱਥੇ ਲੱਗਦਾ ਮੁਕਤਸਰ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਂਸਰ ਹੈ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਜਗਰਾਮਾ ਦੀ ਰੌਸ਼ਨੀ ਦਾ ਮੇਲਾ ਕਿਹੜੇ ਜ਼ਿਲ੍ਹੇ ਵਿੱਚ ਲੱਗਦਾ ਹੈ ਹਾਂਜੀ ਜਗਰਾਮਾ ਦੀ ਰੌਸ਼ਨੀ ਦਾ ਮੇਲਾ ਲੁਧਿਆਣੇ ਦੇ ਵਿੱਚ ਲੱਗਦਾ ਹੈ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ ਹੈ ਲੱਗਦਾ ਜਗਰਾਵਾ ਹੀ ਆ ਪਰ ਜ਼ਿਲ੍ਹਾ ਕਿਹੜਾ ਪੈਂਦਾ ਲੁਧਿਆਣਾ ਅਗਲਾ ਪ੍ਰਸ਼ਨ ਹੈ ਜੀ ਪੰਜਾਬੀ ਸੰਗੀਤ ਸਾਜ਼ਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਹਾਂਜੀ ਪੰਜਾਬੀ ਸੰਗੀਤ ਸਾਜ਼ਾਂ ਨੂੰ 4 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਕਿਹੜੇ ਨਾਚ ਵਿੱਚ ਸੰਗੀਤ ਸਾਜ਼ ਦੀ ਲੋੜ ਨਹੀਂ ਹੁੰਦੀ ਹਾਂਜੀ ਕਿਹੜੇ ਨਾਸ ਦੇ ਵਿੱਚ ਸੰਗੀਤ ਸਾਜ਼ ਦੀ ਲੋੜ ਨਹੀਂ ਹੁੰਦੀ ਸੰਮੀ ਦੇ ਵਿੱਚ ਨਹੀਂ ਹੁੰਦੀ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਸਿਟੀ ਆਫ ਪੰਗੜਾ ਕਿਹੜੇ ਸਹਿਰ ਨੂੰ ਕਿਹਾ ਜਾਂਦਾ ਹੈ ਹਾਂਜੀ ਸਿਟੀ ਆਫ ਪੰਗੜਾ ਚੰਗ ਨੂੰ ਕਿਹਾ ਜਾਂਦਾ ਹੈ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਲੈਂਡ ਆਫ ਲਵ ਕਿਹੜੇ ਸਹਿਰ ਨੂੰ ਕਿਹਾ ਜਾਂਦਾ ਹੈ ਹਾਂਜੀ ਲੈਂਡ ਆਫ ਲਵ ਕਿਹੜੇ ਸਹਿਰ ਨੂੰ ਬੋਲਿਆ ਜਾਂਦਾ ਹੈ ਬੰਗ ਨੂੰ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਢੋਲ ਸੰਗੀਤ ਸਾਜ਼ ਕਿਸ ਲੱਕੜ ਤੋਂ ਬਣਿਆ ਹੁੰਦਾ ਹੈ ਹਾਂਜੀ ਢੋਲ ਆ ਜਿਹੜਾ ਇੱਕ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸੰਗੀਤ ਸਾਜ਼ ਆ ਦੇ ਕਿਹੜੀ ਲੱਕੜ ਤੋਂ ਬਣਦਾ ਹੈ ਆਂਬ ਦੀ ਲੱਕੜ ਤੋਂ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਗਦਰੀ ਬਾਬਿਆਂ ਦਾ ਮੇਲਾ ਪੰਜਾਬ ਵਿੱਚ ਕਿੱਥੇ ਲੱਗਦਾ ਹੈ ਹਾਂਜੀ ਗਦਰੀ ਬਾਬਿਆਂ ਦਾ ਮੇਲਾ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਲੱਗਦਾ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਕਿਹੜਾ ਮੇਲਾ ਸਿੱਖ ਧਰਮ ਨਾਲ ਸੰਬੰਧਿਤ ਹੈ? ਹਾਂਜੀ ਕਿਹੜਾ ਮੇਲਾ ਜਿਹੜਾ ਸਿੱਖ ਧਰਮ ਨਾਲ ਸੰਬੰਧਿਤ ਆ ਮੁਕਤ ਸਰਦਾ ਮੇਲਾ। ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ। ਨੈਕਸਟ। ਜਗਰਾਮਾ ਦੀ ਰੌਸ਼ਨੀ ਨਾਮਕ ਮੇਲਾ ਕਿਹੜੇ ਫਕੀਰ ਦੀ ਦਰਗਾਹ ਤੇ ਲੱਗਦਾ? ਹਾਂਜੀ ਜਗਰਾਮਾ ਦੀ ਰੌਸ਼ਨੀ ਨਾਮਕ ਮੇਲਾ ਵਾ ਜਿਹੜਾ ਇਹ Hazrat મોকম ઉਦਦੀਨ ਦੀ ਦਰਗਾਹ ਤੇ ਲੱਗਦਾ। ਠੀਕ ਹੈ ਜੀ। ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਆ। ਨੈਕਸਟ। ਸੁਹਾਗ ਨਾਮਕ ਲੋਕ ਗੀਤ ਕਦੋਂ ਗਾਏ ਜਾਂਦੇ ਹਨ ਹਾਂਜੀ ਸੁਣਿਆ ਹੋਣਾ ਤੁਸੀਂ ਸੁਹਾਗ ਨਾਮਕ ਜਿਹੜੇ ਗੀਤ ਆ ਇਹ ਕਦੋਂ ਗਾਏ ਜਾਂਦੇ ਹਨ ਕੁੜੀ ਦੇ ਵਿਆਹ ਤੇ ਗਾਏ ਜਾਂਦੇ ਆ ਸੁਹਾਗ অপਸ਼ਨ ਨੰਬਰ ਏ ਇਜ਼ ザ ਰਾਈਟ ਆਨਸਰ ਨੈਕਸਟ ਹੀਮੜੀ ਨਾਮਕ ਲੋਕ ਗੀਤ ਕਿਸ ਦੁਆਰਾ ਗਾਏ ਜਾਂਦੇ ਹਨ ਹਾਂਜੀ ਹੀਮੜੀ ਨਾਮ ਦੇ ਜਿਹੜੇ ਲੋਕ ਗੀਤ ਆ ਇਹ ਕਿਸ ਦੁਆਰਾ ਗਾਏ ਜਾਂਦੇ ਹਨ ਮਰਦਾਂ ਦੁਆਰਾ অপਸ਼ਨ ਨੰਬਰ ਸੀ ਇਜ਼ ザ ਰਾਈਟ ਆਨਸਰ ਨੈਕਸਟ ਕੁਐਸਚਨ ਰੋਸ਼ਨੀ ਦਾ ਮੇਲਾ ਕਿਹੜੇ ਮੇਲੇ ਨੂੰ ਕਿਹਾ ਜਾਂਦਾ ਹੈ ਹਾਂਜੀ ਰੋਸ਼ਨੀ ਦਾ ਮੇਲਾ ਕਿਹੜੇ ਮੇਲੇ ਨੂੰ ਕਿਹਾ ਜਾਂਦਾ ਹੈ ਜਗਰਾਮਾ ਦੀ ਰੋਸ਼ਨੀ ਨੂੰ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਨੈਕਸਟ ਪੰਜਾਬ ਵਿੱਚ ਬਸੰਤ ਪੰਜਮੀ ਕਿੱਥੋਂ ਦੀ ਸਭ ਤੋਂ ਪ੍ਰਸਿੱਧ ਹੈ ਹਾਂਜੀ ਪੰਜਾਬ ਦੇ ਵਿੱਚ ਬਸੰਤ ਪੰਜਮੀ ਸਭ ਤੋਂ ਪ੍ਰਸਿੱਧ ਕਿੱਥੋਂ ਦੀ ਆ ਪਟਿਆਲਾ ਦੀ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹਾਂਜੀ ਅੱਗੇ ਅਸੀਂ ਕਰਦੇ ਹਾਂ ਪੰਜਾਬ ਦੇ ਕਲਾ ਅਤੇ ਦਸਤਕਾਰੀ ਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ ਐਮਸੀਕਿਊ ਜਿਹੜੇ ਕਿ ਤੁਹਾਡੇ ਲਈ ਕਾਫੀ ਹੀ ਜ਼ਿਆਦਾ ਹੈਲਪਫੁਲ ਹੋਣ ਵਾਲੇ ਆ ਇਹਦੇ ਵਿੱਚ ਫਰਸਟ ਕੁਐਸ਼ਨ ਆ ਸਾਡਾ ਫੁਲਕਾਰੀ ਸ਼ਬਦ ਦਾ ਸਵਬਿਕ ਅਰਥ ਕੀ ਆ ਹਾਂਜੀ ਫੁਲਕਾਰੀ ਸ਼ਬਦ ਦਾ ਸ਼ਬਦਿਕ ਅਰਥ ਕੀ ਆ ਫੁੱਲ ਕੱਢਣਾ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਸੁਬਰ ਚੋਪ ਨੀਲਕ ਅਤੇ ਬਾਗ ਹਨ ਹਾਂਜੀ ਕੀ ਆ ਇਹ ਹਾਂਜੀ ਫੁਲਕਾਰੀ ਦੀਆਂ ਕਿਸਮਾਂ ਆਪਸ਼ਨ ਨੰਬਰ 2 ਦਾ ਰਾਈਟ ਆਨਸਰ ਸੁਬਰ ਚੋਪ ਨੀਲਕ ਅਤੇ ਬਾਗ ਫੁਲਕਾਰੀ ਦੀਆਂ ਹੀ ਕਿਸਮਾਂ ਹਨ ਜਾਨੀ ਕਿ ਫੁਲਕਾਰੀ ਨਾਲੋਂ ਫੁਲਕਾਰੀ ਥੋੜੇ ਹਲਕੇ ਚ ਆ ਜਾਂਦੀ ਹੈ ਤੇ ਬਹੁਤ ਜ਼ਿਆਦਾ ਭਾਰੇ ਹੁੰਦੇ ਆ ਠੀਕ ਹੈ ਜੀ ਅਗਲਾ ਪ੍ਰਸ਼ਨ ਤਿਲ ਪੱਤਰਾ ਸ਼ਮਾਤਸ ਅਤੇ ਕੁੰਗਟ ਬਾਗ ਹਨ ਹਾਂਜੀ ਇਸ ਦੇ ਵਿੱਚ ਕੀ ਆ ਕਿ ਤਿਲ ਪੱਤਰਾ ਸਮਾਸ਼ ਅਤੇ ਘੁੰਗਟ ਬਾਗ ਹਨ ਕਿਸ ਦੀਆਂ ਕਿਸਮਾਂ ਫੁਲਕਾਰੀ ਦੀਆਂ ਕਿਸਮਾਂ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਨੈਕਸਟ ਤਿਰੰਜਨ ਵਿੱਚ ਚਰਖਾ ਕੱਤਣ ਦੇ ਮੁਕਾਬਲੇ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਤਿਰੰਜਨ ਦੇ ਵਿੱਚ ਚਰਖਾ ਕੱਤਣ ਦੇ ਮੁਕਾਬਲੇ ਨੂੰ ਕਿਹਾ ਜਾਂਦਾ ਹੈ ਛੋਪੇ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਪੰਜਾਬ ਦੇ ਕਿਹੜੇ ਮੇਲੇ ਹਾਂਜੀ ਅਗਲੇ 3 ਐਮਸੀਕਿਊ ਜਿਹੜੇ ਕਿ ਹੁਣ 5 6 7 ਆ ਇਹ ਤੁਹਾਡੇ ਇਸ ਵੀਡੀਓ ਦੇ ਵਿੱਚ ਐਜ਼ ਅ ਟੈਸਟ ਦੇ ਤੌਰ ਤੇ ਮੈਂ ਰੱਖੀ ਆ ਕਿਉਂਕਿ ਇਹ ਬਹੁਤ ਇੰਪੋਰਟੈਂਟ ਆ ਉੱਪਰ ਅਸੀਂ ਕਰ ਵੀ ਚੁੱਕੇ ਆ ਇਹਨਾਂ ਬਾਰੇ ਗੱਲ ਤਾਂ ਪੰਜਾਬ ਦੇ ਕਿਹੜੇ ਮੇਲੇ ਵਿੱਚ ਖੋਤਿਆਂ ਦੀ ਪੂਜਾ ਕੀਤੀ ਜਾਂਦੀ ਆ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਹਾਂਜੀ ਪੰਜਾਬ ਦੇ ਜਰਗ ਦੇ ਜਰਗ ਦੇ ਮੇਲੇ ਦੇ ਵਿੱਚ ਖੋਤਿਆਂ ਦੀ ਪੂਜਾ ਕੀਤੀ ਜਾਂਦੀ ਆ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਆ ਅਗਲਾ ਪ੍ਰਸ਼ਨ ਤਮਾਲ ਕਿਹੜੇ ਨਾਚ ਦੀ ਤਾਲ ਹੈ ਹਾਂਜੀ ਵੈਰੀ ਵੈਰੀ ਇੰਪੋਰਟੈਂਟ ਜਲਦੀ ਕਮੈਂਟ ਬਾਕਸ ਦੇ ਵਿੱਚ ਲਿਖੋ ਤੋ ਮਾਲ ਕਿਹੜੇ ਨਾਚ ਦੀ ਤਾਲ ਆ ਝੂਮਰ ਦੀ অপਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਨੈਕਸਟ ਸੰਮੀ ਕਿਹੜੇ ਖੇਤਰ ਦਾ ਨਾਚ ਹੈ ਹਾਂਜੀ ਸੰਮੀ ਕਿਹੜੇ ਖੇਤਰ ਦਾ ਨਾਚ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ C ਸੰਤਲਪਾਰ ਦਾ ਅਗਲਾ ਪ੍ਰਸ਼ਨ ਹੈ ਜੀ ਕੁੜੀਆਂ ਤੇ ਔਰਤਾਂ ਦਾ ਪ੍ਰਸਿੱਧ ਨਾਚ ਕਿਹੜਾ ਹੈ ਹਾਂਜੀ ਕੁੜੀਆਂ ਤੇ ਤੀਵੀਆਂ ਦਾ ਜਿਹੜਾ ਪ੍ਰਸਿੱਧ ਨਾਚ ਆ ਉਹ ਕਿਹੜਾ ਵਾ ਗੱਦਾ অপশন নাম্বার এ ইজ দা রাইট आंसर नेक्स्ट কোশ্চেন ਪੰਗੜਾ ਨਾਚ ਦਾ ਜਨਮ ਕਿੱਥੇ ਹੋਇਆ ਹੈ? ਹਾਂਜੀ ਪੰਗੜਾ ਨਾਚ ਦਾ ਜਨਮ ਕਿੱਥੇ ਹੋਇਆ? ਬੰਗ ਦੇ ਵਿੱਚ ਹੋਇਆ। অপশন নাম্বার এ ਇਜ਼ ਦਾ রাইট आंसर। ਬੰਗ ਨੀਗਾ ਇੱਥੇ ਝੰਗ ਆਉਣਾ ਠੀਕ ਹੈ। ਝੰਗ। ਅਗਲਾ ਪ੍ਰਸ਼ਨ ਹੈ ਜੀ। ਵੀਰ ਰਸ 12 ਗੌਣ ਸਮੇ ਕਿਹੜੇ ਸਾਜ਼ ਦੀ ਲੋੜ ਪੈਂਦੀ ਆ? ਹਾਂਜੀ ਵੀਰ ਰਸ 12 ਗੌਣ ਦੇ ਸਮੇ ਕਿਹੜੇ ਸਾਜ਼ ਦੀ ਲੋੜ ਪੈਂਦੀ ਆ? ਟੰਡ ਦੀ ਪੈਂਦੀ ਆ। ਆਪਸ਼ਨ ਨੰਬਰ C ਇਸ ਦਾ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ ਚੂਮਰ ਕਿਸ ਦਾ ਨਾਚ ਹੈ ਹਾਂਜੀ ਚੂਮਰ ਕਿਸ ਦਾ ਨਾਚ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ A ਮਰਦਾਂ ਦਾ ਅਗਲਾ ਪ੍ਰਸ਼ਨ ਕਾਟੋ ਨਾਮਕ ਸਾਜ਼ ਕਿਹੜੇ ਨਾਚ ਨਾਲ ਸੰਬੰਧਿਤ ਹਨ ਹਾਂਜੀ ਕਾਟੋ ਨਾਮਕ ਸਾਜ਼ ਆ ਜਿਹੜੇ ਕਿਹੜੇ ਨਾਚ ਦੇ ਨਾਲ ਸੰਬੰਧਿਤ ਆ ਪੰਗੜੇ ਦੇ ਨਾਲ ਆਪਸ਼ਨ ਨੰਬਰ D ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਫੁਲਕਾਰੀ ਕਲਾ ਵਿੱਚ ਕਿਹੜਾ ਧਾਗਾ ਵਰਤਿਆ ਜਾਂਦਾ ਹੈ ਰੇਸ਼ਮੀ অপশন নাম্বার সি ਇਸ ਦਾ রাইট আনসার ਹੈ। اگلا ප්‍රශ්න। ਲਗੋਜਾ ਸਾਜ਼ ਦੀ ਵਰਤੋਂ ਕਿਹੜੇ ਨਾਚ ਲਈ ਕੀਤੀ ਜਾਂਦੀ ਆ? ہاں جی ਲਗੋਜਾ ਸਾਜ਼ ਦੀ ਵਰਤੋਂ ਆ ਜਿਹੜੀ ਇਹ ਭੰਗੜੇ ਦੇ ਲਈ ਕੀਤੀ ਜਾਂਦੀ ਆ। অপশন নাম্বার ডি ਇਸ ਦਾ রাইট আনসার। اگلا ප්‍රශ්න ਕਿੱਕਲੀ ਨਾਚ ਕਿਸ ਦਾ ਨਾਚ ਆ? ہاں جی ਕਿੱਕਲੀ ਕੁੜੀਆਂ ਦਾ ਨਾਚ ਆ। اگلا ප්‍රශ්න ਕਿਹੜੇ ਨਾਚ ਵਿੱਚ ਸੰਗੀਤ ਸਾਜ਼ ਦੀ ਲੋੜ ਨਹੀਂ ਹੁੰਦੀ? ਹਾਂਜੀ ਕਿਹੜੇ ਨਾਚ ਦੇ ਵਿੱਚ ਸੰਗੀਤ ਸਾਜ਼ ਦੀ ਲੋੜ ਨਹੀਂ ਹੁੰਦੀ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਸੰਮੀ ਦੇ ਵਿੱਚ ਨਹੀਂ ਹੁੰਦੀ ਆਪਸ਼ਨ ਬੀ ਅਗਲਾ ਪ੍ਰਸ਼ਨ ਸਿਟੀ ਆਫ ਪੰਗੜਾ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ਚੰਗ ਨੂੰ ਕਿਹਾ ਜਾਂਦਾ ਹੈ ਆਪਸ਼ਨ ਨੰਬਰ ਏ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਹੈ ਜੀ ਢੋਲ ਸੰਗੀਤ ਸਾਜ਼ ਕਿਸ ਲੱਕੜ ਤੋਂ ਬਣਿਆ ਹੁੰਦਾ ਹੈ ਹਾਂਜੀ ਢੋਲ ਸੰਗੀਤ ਸਾਜ਼ ਆਂਬ ਦੀ ਲੱਕੜ ਤੋਂ ਬਣਿਆ ਹੁੰਦਾ ਆਪਸ਼ਨ ਨੰਬਰ ਸੀ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਹਰਵੱਲਵ ਸੰਗੀਤ ਸੋ ਮੇਲਣ ਮੇਲਾ ਹੁਣ ਤੁਹਾਡੇ ਸਾਡੇ ਅੱਜ ਦੇ ਪ੍ਰਸ਼ਨ ਸ਼ੁਰੂ ਹੋ ਗਿਆ ਤੁਹਾਡਾ ਮੌਕ ਟੈਸਟ ਖਤਮ ਹੋ ਚੁੱਕਿਆ ਹਰਵੱਲਮ ਸੰਗੀਤ ਸੋ ਮੇਲਣ ਮੇਲਾ ਕਿਸ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਹਾਂਜੀ ਹਰਵੱਲਵ ਸੰਗੀਤ ਮੇਲਾ ਬਾਬਾ ਹਰਵੱਲਵ ਦਾਸ ਜੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਲੰਬੀ ਧਾਰਨਾ ਵਾਲਾ ਕਿਹੜਾ ਨਿੱਕਾ ਗੀਤ ਹੈ ਜੋ ਮਰਦਾਂ ਵਿੱਚ ਪ੍ਰਚਲਿਤ ਆ ਹਾਂਜੀ ਲੰਬੀ ਧਰਨਾ ਵਾਲਾ ਕਿਹੜਾ ਨਿੱਕਾ ਗੀਤ ਹੈ ਜਿਹੜਾ ਮਰਦਾਂ ਦੇ ਵਿੱਚ ਪ੍ਰਚਲਿਤਾ ਤਾਂ ਉਹ ਹੈ ਜੀ ਦੋਹਾੜ ਦੋਹੜਾ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਦੋਹੜਾ ਠੀਕ ਹੈ ਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਕਿਹੜੇ ਲੋਕ ਗੀਤ ਨੂੰ ਪੇਸ਼ਾਵਰ ਮਿਰਾਸਨ ਦੀ ਸਹਾਇਤਾ ਨਾਲ ਉਚਾਰਿਆ ਜਾਂਦਾ ਹੈ ਹਾਂਜੀ ਕਿਹੜੇ ਲੋਕ ਗੀਤ ਨੂੰ ਪੇਸ਼ਾਵਰ ਨਾਇਨ ਦੀ ਸਹਾਇਤਾ ਨਾਲ ਪਸਾ ਉਚਾਰਿਆ ਗਿਆ ਸੀ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਬੀ ਲਾਹਣੀ ਗੀਤ ਨੂੰ ਅਗਲਾ ਪ੍ਰਸ਼ਨ ਘੋੜੀ ਕਾਵ ਰੂਪ ਦਾ ਸਬੰਧ ਹੈ ਹਾਂਜੀ ਘੋੜੀ ਕਾਵ ਰੂਪ ਦਾ ਸਬੰਧ ਹੈ ਘੋੜੀ ਕਦੋਂ ਗਾਈ ਜਾਂਦੀ ਹੈ ਜਾਂ ਘੋੜੀਆਂ ਕਦੋਂ ਗਾਈਆਂ ਜਾਂਦੀਆਂ ਵਾਂ ਮੁੰਡੇ ਦੇ ਵਿਆਹ ਤੇ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਕੁੜੀ ਦੇ ਵਿਆਹ ਤੇ ਸੁਹਾਗ ਗਾਈ ਜਾਂਦੇ ਆ ਅਗਲਾ ਪ੍ਰਸ਼ਨ ਬੋਲੀ ਦੀ ਦੂਜੀ ਤੁਕ ਨੂੰ ਕੀ ਕਰਨਾ ਹੁੰਦਾ ਹੈ ਹਾਂਜੀ ਜਿਹੜੀ ਬੋਲੀ ਆ ਜਿਹੜੀ ਉਹਦੀ ਦੂਜੀ ਤੁਕ ਆਉਂਦੀ ਆ ਉਹਨੂੰ ਅਸੀਂ ਕੀ ਕਰਦੇ ਆ ਦੂਜੀ ਤੀਜੀ ਵਾਰ ਦਹਰਾਉਨੇ ਆ অপਸ਼ਨ ਨੰਬਰ ਬੀ ਇਸ ਦਾ ਰਾਈਟ ਆਂਸਰ ਅਗਲਾ ਪ੍ਰਸ਼ਨ ਹੈ ਜੀ ਲੰਬੀ ਬੋਲੀ ਜਿਸ ਮੌਕੇ ਤੇ ਵਧੇਰੇ ਗਾਈ ਜਾਂਦੀ ਹੈ ਹਾਂਜੀ ਕਿਹੜੇ ਮੌਕੇ ਤੇ ਵਧੇਰੇ ਗਾਈ ਜਾਂਦੀ ਹੈ ਲੰਬੀ ਬੋਲੀ ਇਹਨਾਂ ਦੇ ਵਿੱਚੋਂ ਵਿਆਹ ਸ਼ਾਦੀ ਤੇ অপਸ਼ਨ ਨੰਬਰ ਸੀ ਇਸ ਦਾ ਰਾਈਟ ਆਂਸਰ ਅਗਲਾ ਪ੍ਰਸ਼ਨ ਟੱਪੇ ਦਾ ਸਬੰਧ ਕਿਸ ਲੋਕ ਨਾਚ ਨਾਲ ਹੈ ਹਾਂਜੀ ਟੱਪੇ ਦਾ ਸਬੰਧ ਗਿੱਧੇ ਦੇ ਨਾਲ ਆ অপਸ਼ਨ ਨੰਬਰ ਡੀ ਇਸ ਦਾ ਰਾਈਟ ਆਂਸਰ ਅਗਲਾ ਪ੍ਰਸ਼ਨ ਆ ਜੀ ਟੱਪਾ ਕਿੰਨੇ ਤੁਕੀ ਬੋਲੀ ਆ ਹਾਂਜੀ ਟੱਪੇ ਦੇ ਵਿੱਚ ਕਿੰਨੀਆਂ ਤੁਕਾਂ ਆਉਂਦੀਆਂ ਨੇ ਸਿਰਫ ਇੱਕ ਤਕ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਮਾਇਏ ਦੀਆਂ ਪਿਛਲੀਆਂ ਦੋ ਸਤਰਾਂ ਵਿੱਚ ਕੀ ਹੁੰਦਾ ਹੈ ਪਰਾ ਵਿੱਚ ਕੀ ਹੁੰਦਾ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ C ਸੰਪੂਰਨ ਸੰਦੇਸ਼ ਹੁੰਦਾ ਹੈ ਆਪਸ਼ਨ ਨੰਬਰ C ਇਸ ਦਾ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਘੋੜੀ ਦਾ ਵਿਸ਼ਾ ਕੀ ਹੁੰਦਾ ਹੈ ਹਾਂਜੀ ਘੋੜੀ ਦਾ ਵਿਸ਼ਾ ਕੀ ਹੁੰਦਾ ਵਾ ਲਾੜੇ ਦੇ ਖਾਨਦਾਨ ਦੀ ਤਾਰੀਫ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਕਿ ਜਿਸ ਕਪੜੇ ਦੀ ਸਾਰੀ ਸਤ੍ਹਾ ਹੀ ਬਿਨਾ ਕੋਈ ਵਿਰਲ ਛੱਡੇ ਵਿਆਪਕ ਰੂਪ ਵਿੱਚ ਕੱਢੀ ਹੋਵੇ ਉਸ ਨੂੰ ਕੀ ਆਖਦੇ ਆ ਹਾਂਜੀ ਵੈਰੀ ਵੈਰੀ ਇੰਪੋਰਟੈਂਟ ਤੇ ਮੈਂ ਤੁਹਾਨੂੰ ਉੱਪਰ ਵੀ ਦੱਸਿਆ ਸੀ ਜਦੋਂ ਅਸੀਂ ਫੁਲਕਾਰੀ ਦੀ ਗੱਲ ਕੀਤੀ ਸੀ ਕਿ ਜਿਹੜਾ ਬਾਗ ਆਏ ਬਹੁਤ ਜ਼ਿਆਦਾ ਭਾਰਾ ਹੁੰਦਾ ਵਾ ਠੀਕ ਹੈ ਤੇ ਬਹੁਤ ਜ਼ਿਆਦਾ ਕੱਢਿਆ ਹੁੰਦਾ ਹੈ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਆ ਅਗਲਾ ਪ੍ਰਸ਼ਨ ਹੈ ਜੀ ਮੋਗਲ ਕਾਲ ਦੇ ਪੰਜਾਬ ਦੇ ਚਿੱਤਰ ਕਿੱਥੇ ਦੇਖਣ ਨੂੰ ਮਿਲਦੇ ਹਨ ਹਾਂ ਜੀ ਮੋਗਲ ਕਾਲ ਦੇ ਪੰਜਾਬ ਦੇ ਚਿੱਤਰ ਕਿੱਥੇ ਦੇਖਣ ਨੂੰ ਮਿਲਦੇ ਆ ਲਾਹੌਰ ਦੀ ਆਰਟ ਗੈਲਰੀ ਦੇ ਵਿੱਚ অপਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਜੇ ਸਿਰਫ ਪੱਲੇ ਉੱਤੇ ਹੀ ਬੂਟੀਆਂ ਕੱਡੀਆਂ ਹੋਣ ਅਤੇ ਵਿੱਚੋਂ ਖਾਲੀ ਰਹਿਣ ਦਿੱਤੀ ਜਾਵੇ ਤੰਦ ਕੀ ਅਖਵਾਉਂਦੀ ਆ ਹਾਂ ਜੀ ਜੇਕਰ ਸਿਰਫ ਪੱਲੇ ਉੱਤੇ ਹੀ ਬੂਟੀਆਂ ਕੱਢੀਆਂ ਹੋਣ ਅਤੇ ਵਿਚ ਵਾਲੀ ਸਪੇਸ ਆ ਜਿਹੜੀ ਖਾਲੀ ਹੋਵੇ ਤਾਂ ਉਸ ਨੂੰ ਅਸੀਂ ਕੀ ਬੋਲਦੇ ਆ ਚੁੰਨੀ ਦੀ ਵੀ ਗੱਲ ਹੋ ਰਹੀ ਆ ਫੁਲਕਾਰੀ ਟਾਈਪ ਜਿਹਨੂੰ ਅਸੀਂ ਬੋਲਦੇ ਆ ਚੋਪ ਬੋਲਦੇ ਆ ਉਹਨੂੰ ਅਸੀਂ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਬਾਗ ਬਹੁਤ ਜ਼ਿਆਦਾ ਕੱਢਿਆ ਹੁੰਦਾ ਫੁਲਕਾਰੀ ਥੋੜੀ ਹਲਕੀ ਹੁੰਦੀ ਆ ਠੀਕ ਹੈ ਤੇ ਚੋਪ ਆ ਜਿਹੜੀ ਇਹਦੇ ਵਿੱਚ ਕੀ ਹੁੰਦਾ ਸਿਰਫ ਪੱਲੇ ਕੱਡੇ ਹੁੰਦੇ ਆ ਠੀਕ ਹੈ ਜੀ ਇਸ ਤਰ੍ਹਾਂ ਆਸਬ ਵਿੱਚ ਘਾਰਾ ਸੈਂਟਰ ਦੇ ਵਿੱਚ ਖਾਲੀ ਹੁੰਦਾ ਅਗਲਾ ਪ੍ਰਸ਼ਨ ਕੁੰਮਿਆਰ ਕਿਸ ਉੱਤੇ ਮਿੱਟੀ ਦੇ ਭਾਂਡੇ ਬਣਾਉਂਦਾ ਹੈ ਹਾਂਜੀ ਕੁੰਮਿਆਰ ਕਿਸ ਉੱਤੇ ਮਿੱਟੀ ਦੇ ਭਾਂਡੇ ਬਣਾਉਂਦਾ ਚੱਕ ਉੱਤੇ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਪੱਛਮੀ ਪੰਜਾਬ ਵਿੱਚ ਜਿਸ ਇਲਾਕੇ ਦੀ ਬਾਗ ਫੁਲਕਾਰੀ ਦੀ ਕਿਸਮ ਮਸ਼ਹੂਰ ਆ ਹਾਂਜੀ ਪੱਛਮੀ ਪੰਜਾਬ ਦੇ ਵਿੱਚ ਕਿਸ ਇਲਾਕੇ ਦੀ ਫੁਲਕਾਰੀ ਮਸ਼ਹੂਰ ਆ ਜਾਂ ਕਿਸ ਕਿਸਮ ਦੀ ਫੁਲਕਾਰੀ ਆਪਾਂ ਕਹਿ ਸਕਦੇ ਹਾਂ ਫੁਲਕਾਰੀ ਲਸ਼ਮੀ ਪੰਜਾਬ ਵਿੱਚ ਜਿਸ ਇਲਾਕੇ ਦੇ ਬਾਗ ਮਸ਼ਹੂਰ ਹਨ ਹਾਂਜੀ ਬਾਗ ਦੀ ਗੱਲ ਹੋਈ ਹੈ ਜਿਹੜੀ ਕਿ ਫੁਲਕਾਰੀ ਦੇ ਕਿਸਮਾਂ ਤਾਂ ਇਹ ਕਿੱਥੇ ਦੇ ਮਸ਼ਹੂਰ ਆ ਜੀ 라ਵਲਪਿੰਡੀ ਅਤੇ ਜਹਿਲਮ ਦੇ ਮਸ਼ਹੂਰ ਆ ਅਗਲਾ ਪ੍ਰਸ਼ਨ ਆ ਜੀ ਸਬਜ਼ੀਆਂ ਦੇ ਰੇਸ਼ੇ ਬੁੰਨਣੇ ਉਸਯਾਰ ਬਾਸਟ ਤੋਂ ਰੋਜ਼ਾਨਾ ਦੀ ਵਰਤੋਂ ਲਈ ਉਸਯਾਰ ਬਸਤ ਬਣਾਉਣ ਲਈ ਇੱਕ ਕਾ ਜੋ ਆਮ ਤੌਰ ਤੇ ਜਾਣੀ ਜਾਂਦੀ ਆ ਹਾਂਜੀ ਉਸ ਘਾਣ ਨੂੰ ਕੀ ਕਿਹਾ ਜਾਂਦਾ ਹੈ ਜਿਸ ਦੇ ਨਾਲ ਸਬਜ਼ੀਆਂ ਦੇ ਰੇਸ਼ੇ ਭੁਨੇ ਭੁੰਨਣੇ ਹੁਸ਼ਿਆਰ ਬਾਸ ਤੋਂ ਰਜਾਨਾ ਦੀ ਵਰਤੋਂ ਲਈ ਹੁਸ਼ਿਆਰ ਬਾਸਟਰ ਬਣਾਉਣ ਲਈ ਇੱਕ ਘਾ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਜੀ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਸਰਕੰਦਾ ਅਗਲਾ ਪ੍ਰਸ਼ਨ ਹੈ ਜੀ ਹੇਠ ਦਿੱਤੇ ਮੈਚ ਕਰੋ ਹਾਂਜੀ ਸੂਚੀ 1 ਦੇ ਵਿੱਚ ਉਤਪਾਦਾਂ ਦੀ ਕਿਸਮ ਲਿਖੀ ਆ ਤੇ ਸੂਚੀ 2 ਦੇ ਵਿੱਚ ਲੇਖ ਇਨਾਂ ਦਾ ਮੇਲ ਕਰਨਾ ਸੀ ਸੂਚੀਵਾਨ ਦਾ ਸੂਚੀ 2 ਨਾਲ ਤਾਂ ਇਸ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਹੱਥ ਪੱਖੀ ਹੱਥ ਪੱਖੀ ਦਾ ਸਬੰਧ ਕਿਸ ਦੇ ਨਾਲ ਆ ਪਿਸ਼ਾਵਰੀ ਪੱਖੀ ਦੇ ਨਾਲ ਹੈ ਠੀਕ ਹੈ ਛੋਟੇ ਅਤੇ ਕੋਮਲ ਪੱਖੀਆਂ ਇਸ ਦਾ ਸਬੰਧ ਦਾ ਛੋਟੇ ਅਤੇ ਕੋਮਲ ਪੱਖੀਆਂ ਕੁੰਡਲਦਾਰੀ ਪੱਖੀ ਬੋਲਦੇ ਹਾਂ ਨੂੰ ਅਸੀਂ ਫਿਰ ਅੱਗੇ ਕੁਰਸੀਆਂ ਦੀਆਂ ਕਿਸਮਾਂ ਇਸ ਦਾ ਸਬੰਧ ਕਿਸ ਦੇ ਨਾਲ ਆ ਇਸ ਦਾ ਸਬੰਧ ਮੂੜਾ ਦੇ ਨਾਲ ਮੂੜਾ ਠੀਕੇ ਡਾੜਾ ਮੰਮੀ ਔਂਕਲ ਡਾੜੇ ਕੰਨਾ ਡਾੜੇ ਦੇ ਪੈਰ ਚ ਹਹਾ ਵੀ ਹੋਣਾ ਠੀਕ ਹੈ ਫਿਰ ਅੱਗੇ ਮੋਟਾ ਲਚਕੀ ਲਗਾ ਤਾਂ ਇਸ ਦਾ ਸਬੰਧ ਦਾ ਸਰਕੰਡਾ ਨਾਲ ਇਸ ਦਾ ਰਾਈਟ ਆਨਸਰ ਬਣ ਰਿਹਾ ਜੀ ਆਪਸ਼ਨ ਨੰਬਰ ਏ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਓਸ਼ੀਅਰ ਬਾਸਟ ਹਾਂਜੀ ਓਸ਼ੀਅਰ ਬਾਸਟ ਇੱਕ ਕਾ ਜੋ ਆਮ ਤੌਰ ਤੇ ਸਰਕੰਡਾ ਵਜੋਂ ਜਾਣਿਆ ਜਾਂਦਾ ਵਾ ਕਾਹੀ ਨੜ ਮੁੰਜ ਅਤੇ ਫਸਲਾਂ ਲਣਾੜ ਕਿਹੜੀ ਚੀਜ਼ ਬਣਾਉਣ ਲਈ ਵਰਤੇ ਜਾਂਦੇ ਆ ਹਾਂਜੀ ਕਿਹੜੀ ਚੀਜ਼ ਬਣਾਉਣ ਲਈ ਵਰਤੇ ਜਾਂਦੇ ਆ ਟੋکریاں ਸਾਜ ਜਾਂ ਹੱਥ ਪੱਖੀਆਂ ਜਾਂ ਸਿੰਜਾ ਸੌਰੀ ਚਿੰਜਾ ਪੰਜਵਾਂ ਰਾਈਟਾਂ ਸਰ ਜੀ ਆਪਸ਼ਨ ਨੰਬਰ ਆਪਾਂ ਦੇਖ ਲੈਨੇ ਆ ਹਾਂਜੀ ਕੁਐਸਚਨ ਨੰਬਰ ਅੱਗੇ ਅਸੀਂ ਗੱਲ ਕਰਦੇ ਆ ਦੀ ਆਪਸ਼ਨ ਹੈਗੀ ਆ ਚੋکریاں ਵੀ ਦੇਖੋ ਜੇਕਰ ਆਪਾਂ ਗੱਲ ਕਰੀਏ ਅ ਕੀ ਸਰਕੰਡਾ ਕਾ ਤੋਂ ਹੀ ਬਣਾਈਆਂ ਜਾਂਦੀਆਂ ਆ ਸਾਜ ਵੀ ਇਹਦੇ ਤੋਂ ਹੀ ਬਣਾਈ ਜਾਂਦੇ ਆ ਹੱਤ ਪੱਖੀਆਂ ਵੀ ਤੁਸੀਂ ਦੇਖਿਆ ਹੋਣਾ ਚੱਲੇ ਨਹੀਂ ਆਉਂਦੇ ਕੁਝ ਟਾਈਪ ਦੇ ਬੁਨੇ ਹੁੰਦੇ ਉਹ ਵੀ ਇਨ੍ਹਾਂ ਦੇ ਹੀ ਹੁੰਦੇ ਆ ਚਿੰਜਾਂ ਵੀ ਇਨ੍ਹਾਂ ਦੀਆਂ ਹੀ ਹੁੰਦੀਆਂ ਤਾਂ ਇਸ ਦਾ ਰਾਈਟ ਆਨਸਰ ਹੈ ਬਰੋਕਤ ਸਾਰੇ ਅਗਲਾ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਰਵਾਇਤੀ ਤੌਰ ਤੇ ਵਰਤਿਆ ਜਾਂਦਾ ਪਹਿਰਾਵਾ ਸੀ ਹਾਂਜੀ ਰਵਾਇਤੀ ਤੌਰ ਤੇ ਕਿਹੜਾ ਪਹਿਰਾਵਾ ਵਰਤਿਆ ਜਾਂਦਾ ਸੀਗਾ ਪਰ ਹੁਣ ਤੰਦ ਤੇ ਲਟਕਣ ਦੇ ਰੂਪ ਵਿੱਚ ਨਿਰਜਾਤ ਕੀਤਾ ਜਾਂਦਾ ਹੈ ਜਾਂ ਜੈਕਟ ਦੇ ਤੌਰ ਤੇ ਉਹਦੀ ਸਿਲਾਈ ਕੀਤੀ ਜਾਂਦੀ ਆ ਤਾਂ ਕਿਹੜਾ ਪਹਿਰਾਵਾ ਵਾਹੀ ਫੁਲਕਾਰੀਆਂ ਬਾਗ ਰੁਮਾਲ ਇਹ ਸਾਰੇ ਅੱਗੇ ਪੁਰਾਣੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਕਿ ਫੁਲਕਾਰੀਆਂ ਬਾਗ ਰੁਮਾਲ ਰੁਮਾਲ ਆ ਜਿਹੜੇ ਹੱਥਾਂ ਨਾਲ ਹੀ ਬਣਾਏ ਜਾਂਦੇ ਸੀਗੇ ਠੀਕ ਹੈ ਤੇ ਇਹਨਾਂ ਦਾ ਬਹੁਤ ਸਾਰਾ ਮਤਲਬ ਕਿ ਜਿਵੇਂ ਹੁਣ ਆਪਾਂ ਸਿੰਪਲ ਰੱਖਦੇ ਆ ਸਮਾਨਾ ਮਤਲਬ ਡੇਲੀ ਰੋਜ਼ਾਨਾ ਦੀ ਲਾਈਫ ਦੇ ਵਿੱਚ ਆਪਾਂ ਡੇਲੀ ਲਾਈਫ ਦੇ ਵਿੱਚ ਕੀ ਕਰਦੇ ਆ ਕਿ ਸਿੰਪਲ ਚੀਜ਼ਾਂ ਹੀ ਵਰਤਨਾ ਪਸੰਦ ਕਰਦੇ ਆ ਪਰ ਪੁਰਾਣੇ ਸਮਿਆਂ ਦੇ ਵਿੱਚ ਇਦਾਂ ਨਹੀਂ ਸੀ ਉਸ ਟਾਈਮ ਰਮਾਲ ਵੀ ਕੱਢੇ ਹੁੰਦੇ ਸੀ ਬਾਗ ਵੀ ਲੈ ਜਾਂਦੇ ਸੀ ਫੁਲਕਾਰੀਆਂ ਵੀ ਲਿਆਂ ਜਾਂਦੀਆਂ ਸੀ ਪਰ ਹੁਣ ਇਹ ਚੀਜ਼ਾਂ ਸਾਰੀਆਂ ਅਸੀਂ ਕੀ ਕਰਦੇ ਆ ਸਜਾਵਟ ਦੇ ਤੌਰ ਤੇ ਕੰਧ ਦੇ ਉੱਤੇ ਟੰਗ ਦਿੰਨੇ ਆ অপਸ਼ਨ ਡੀ ਇਜ਼ ਦਾ ਰਾਈਟ ਆਨਸਰ ਆ ਅਗਲਾ ਪ੍ਰਸ਼ਨ ਆ ਜੀ ਡੋਂਗੇ ਰੰਗ ਦੇ ਸੂਤੀ ਕੱਪੜੇ ਨੂੰ ਆਧਾਰ ਦੇ ਤੌਰ ਤੇ ਇਸਤੇਮਾਲ ਕਰਦੇ ਆਂ ਔਰਤਾਂ ਟੁਕਮੇ ਰੰਗਾਂ ਦੇ ਰੇਸ਼ਮ ਦੇ ਧਾਗਿਆਂ ਨਾਲ ਫੁੱਲਾਂ ਦੇ ਦਸੀਕੇ ਕਾਢੀਆਂ ਸਨ ਹਾਂਜੀ ਤਾਂ ਇਸ ਦੇ ਵਿੱਚੋ ਜੇਕਰ ਅਸੀਂ ਗੱਲ ਕਰੀਏ ਕਿਸ ਦੀ ਗੱਲ ਹੋ ਰਹੀ ਹੈ ਇਹਨਾਂ ਦੇ ਵਿੱਚੋਂ ਕਿ ਕਿਸ ਤੇ ਉੱਤੇ ਡੋਂਗੇ ਰੰਗ ਦੇ ਸੂਤੀ ਕੱਪੜੇ ਨੂੰ ਆਧਾਰ ਦੇ ਕੇ ਇਸਤੇਮਾਲ ਕੀਤਾ ਜਾਂਦਾ ਸੀਗਾ ਤੇ ਔਰਤਾਂ ਫਿਰ ਟੁਕਮੇ ਰੰਗਾਂ ਦੇ ਰੇਸ਼ਮੀ ਧਾਗਿਆਂ ਦੇ ਨਾਲ ਉਹਨਾਂ ਤੇ ਫੁੱਲ ਕੱਢਦੀਆਂ ਸੀ ਤਾਂ ਕੀ ਦੀ ਗੱਲ ਹੋ ਰਹੀ ਹੈ ਇਹ ਇਹ ਗੱਲ ਹੋ ਰਹੀ ਆ ਬਾਦਦੀ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ। ਅਗਲਾ ਪ੍ਰੈਸ਼ਨ ਆ ਜੀ। ਫੁੱਲਕਾਰੀਆਂ ਬਾਰੇ ਹੇਟ ਲਿਖੀਆਂ ਵਿੱਚੋਂ ਕਿਹੜੇ ਕਥਨ ਤੇ ਗੌਰ ਕੀਤੀ ਜਾ ਸਕਦੀ ਆ। ਹਾਂਜੀ ਐਸੀ ਦੱਸਣਾ ਮੈਂ ਮੈਂ ਤੁਹਾਨੂੰ ਅੱਗੇ ਵੀ ਦੱਸਦੀ ਹੁੰਦੀ ਆ ਕਿ ਜਦੋਂ ਵੀ ਸਾਨੂੰ ਕੋਈ ਕਥਨ ਆ ਜੇ ਨਾ ਉਹਦੇ ਵਿੱਚ ਇਹ ਜ਼ਰੂਰ ਦੇਖੋ ਕਿ ਸਾਨੂੰ ਸਹੀ ਪੁੱਛਿਆ ਗਿਆ ਕਿ ਗਲਤ ਹੋ ਸਕਦਾ ਉਹਨਾਂ ਨੇ ਗਲਤ ਪੁੱਛਿਆ ਹੋਵੇ ਆਪਾਂ ਪਹਿਲਾਂ ਪੜ੍ਹ ਲਿਆ ਆਪਾਂ ਨੂੰ ਪਹਿਲਾਂ ਸਹੀ ਲੱਗਿਆ ਆਪਾਂ ਪਹਿਲਾਂ ਸਹੀ ਹੀ ਲਗਾਤਾ। ਔਪਸ਼ਨ ਵੀ ਮਿਲ ਜਾਂਦੀਆਂ ਸਾਨੂੰ ਐਗਜ਼ਾਮ ਦੇ ਵਿੱਚ ਇਦਾਂ ਦੀਆਂ ਠੀਕ ਹੈ ਪਹਿਲਾਂ ਇਹ ਜ਼ਰੂਰ ਦੇਖਿਆ ਕਰੋ ਵੀ ਸਹੀ ਪੁੱਛਿਆ ਕਿ ਗਲਤ ਪੁੱਛਿਆ ਹੁਣ ਸਹੀ ਪੁੱਛਿਆ ਮਤਲਬ ਬਾਕੀ ਗਲਤ ਹੋਣਗੇ ਇੱਕ ਸਹੀ ਹੋਊਗਾ ਜੇ ਗਲਤ ਪੁੱਛਿਆ ਤਾਂ ਬਾਕੀ ਸਹੀ ਹੋਣਗੇ ਇੱਕ ਗਲਤ ਹੋਊਗਾ ਠੀਕ ਹੈ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਤਾਂ ਇਸ ਦੇ ਵਿੱਚੋਂ ਰਾਈਟ ਆਨਸਰ ਆ ਸਾਡਾ ਸਾਡੇ ਕੋਲ ਜੇ ਅਸੀਂ ਪਹਿਲਾਂ ਪੜ੍ਹ ਕੇ ਦੇਖ ਲੈਣੇ ਆ ਕਿ ਕੀ ਪੁੱਛ ਕਿਹਾ ਵਾ ਉਹਨਾਂ ਨੇ ਠੀਕ ਹੈ ਤਾ ਦੇਖੋ ਤਾ ਅੱਗੇ ਨੂੰ ਫੁਲਕਾਰੀ ਬਾਰੇ ਕਥਨ ਬੋਲੇ ਉਹਨਾਂ ਨੇ ਕਿ ਤਾਗੇ ਨੂੰ ਕੱਪੜੇ ਦੇ ਥੱਲੇੋਂ ਦੀ ਪਰੁੰਦੇ ਹੋਏ ਖੁੱਲੇ ਹੱਥੀ ਬੂਟੀਆਂ ਪਾਈਆਂ ਜਾਂਦੀਆਂ ਨੇ ਵੀ ਠੀਕ ਆ ਕੜਾਈ ਇੰਨੀ ਗੁੰਝਲਦਾਰ ਹੁੰਦੀ ਆ ਕਿ ਫੁਲਕਾਰੀ ਦੇ ਖੱਬੇ ਅਤੇ ਸਿੱਧੇ ਅਤੇ ਪੁੱਠੇ ਪਾਸੇ ਦਾ ਫਰਕ ਕਰਨਾ ਮੁਸ਼ਕਿਲ ਹੁੰਦਾ ਜੀ ਇਹ ਤਾਂ ਸਾਨੂੰ ਵੀ ਪਤਾ ਕਿ ਫੁਲਕਾਰੀ ਦਾ ਖੱਬਾ ਸੱਜਾ ਮਤਲਬ ਪੁੱਠ ਸਿੱਧਾ ਤੇ ਪੁੱਠਾ ਵਾਸਾ ਪਤਾ ਹੀ ਨਹੀਂ ਲੱਗਦਾ ਬਹੁਤ ਮੁਸ਼ਕਿਲ ਨਾਲ ਪਤਾ ਲੱਗਦਾ ਫਿਰ ਪੈਟਰਨ ਸੀਮਤ ਜਾਂ ਨਿਯੰਤਰਿਤ ਨਹੀਂਗਾ ਬਲਕਿਸਤਾਨ ਤੇ ਅਤੇ ਬਹੁਤ ਹੀ ਜ਼ਿਆਦਾ ਕਲਪਨਾਸ਼ੀਲ ਹੁੰਦੇ ਆ ਵੈਰੀ ਹਾਂਜੀ ਮਤਲਬ ਬਿਲਕੁਲ ਠੀਕ ਆ ਇਹ ਤਾਂ ਇਸ ਦਾ ਰਾਈਟ ਆਨਸਰ ਹੈ ਉਪਰੋਕਤ ਸਾਰੇ ਅਗਲਾ ਪ੍ਰਸ਼ਨ ਕਰਦੇ ਹਾਂ ਜੀ ਅਸੀਂ ਪੰਜਾਬ ਦੇ ਨਿਮਨਲਿਖਤ ਸ਼ਹਿਰਾਂ ਵਿੱਚੋਂ ਕਿਸ ਦੇ ਕਾਰੀਗਰ ਆਪਣੇ ਹੁਨਰ ਲਈ ਜਾਣੇ ਜਾਂਦੇ ਹਨ ਹਾਂਜੀ ਆਪਣੇ ਹੁਨਰ ਦੇ ਲਈ ਜਾਣੇ ਜਾਂਦੇ ਆ ਫਗਵਾੜਾ ਦੇ ਕਾਰੀਗਰ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਹਾਂਜੀ ਇਸ ਦੇ ਨਾਲ ਹੀ ਸਾਰਿਆਸ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ